ਜੂਠੀਆਂ ਥਾਲੀਆਂ ਨੇ ਉਹ ਮੈਂ ਚੱਕਾਂਗਾ ਅਤੇ ਸੰਤਾਂ ਦੇ ਪੈਰ ਧੁਆਵਾਂਗਾ, ਇਹ ਮੈਂ ਸੇਵਾ ਕਰਾਂਗਾ, ਹੱਥ ਧੁਆਵਾਂਗਾ। ਐਡੇ ਵੱਡੇ ਅਵਤਾਰੀ ਪੁਰਸ਼ ਮਨ ਨੀਵਾਂ ਕਰਨ ਵਾਸਤੇ ਐਸਾ ਕਰਦੇ ਸਨ, ਆਖੋ ਸ੍ਰੀ ਵਾਹਿਗੁਰੂ। ਕਿਉਂਕਿ ਆਪਾਂ ਰੋਜ਼ ਅਰਦਾਸ ਕਹਿੰਦੇ ਸਿੱਖਾਂ ਦਾ ਮਨ ਨੀਵਾਂ ਅਤੇ ਮਤ ਉੱਚੀ, ਪਰ ਕਹਿੰਦੇ ਹੀ ਹਾਂ ਸਾਧ ਸੰਗਤ ਜੀ ਮਨ ਨੀਵਾਂ ਕਰਦੇ ਕੋਈ ਨਹੀਂ, ਅਤੇ ਜੇ ਮਨ ਨੀਵਾਂ ਨਾ ਹੋਵੇ ਤਾਂ ਮਤ ਕਿੱਥੇ ਉੱਚੀ ਹੋਣੀ ਹੈ, ਮਤ ਤਾਂ ਫਿਰ ਖੂਹ 'ਚ ਡਿੱਗਣੀ ਹੈ। ਕਹਿੰਦੇ ਕ੍ਰਿਸ਼ਨ ਜੀ ਮਹਾਰਾਜ ਮਨ ਨੀਵਾਂ ਕਰਨ ਦੀ ਸਾਨੂੰ ਜਾਚ ਸਿਖਾ ਰਹੇ ਸਨ। ਕਹਿੰਦੇ ਸੰਤਾਂ ਮਹਾਂਪੁਰਸ਼ਾਂ ਦੇ ਜਿਹੜੇ ਪ੍ਰਸ਼ਾਦਾ ਛਕਣਗੇ ਉਹਨਾਂ ਦੇ ਜੂਠੇ ਪੱਤਲ, ਜੂਠੀਆਂ ਜਿਹੜੀਆਂ ਟਰੇਆ ਆਪਾਂ ਕੱਲ੍ਹ ਉਹ ਥਾਲੀਆਂ ਪਾ ਦਿੰਦੇ ਹਾਂ ਪਲਾਸਟਿਕ ਦੀਆਂ 'ਚ, ਉਦੋਂ ਪੱਤੇ ਹੁੰਦੇ ਸਨ, ਉਹਨਾਂ 'ਤੇ ਬਿਠਾ ਕੇ ਅਤੇ ਲੰਗਰ ਛਕਾਉਂਦੇ ਸਨ, ਉਹ ਸੁੱਚੇ ਮੰਨੇ ਜਾਂਦੇ ਸਨ। ਪੱਤਲਾਂ ਚੁੱਕਾਂਗੇ, ਉਹ ਪੱਤਲਾਂ ਚੁੱਕ ਰਹੇ ਸਨ ਅਤੇ ਉਹ ਸੰਖ ਵੱਜਿਆ ਨਹੀਂ ਅਤੇ ਸਾਰੇ ਕਹਿੰਦੇ ਕ੍ਰਿਸ਼ਨ ਜੀ ਨੂੰ ਜਾ ਕੇ ਪਾਂਡਵ ਪੰਜ ਭਰਾ ਸਨ, ਯੁਧਿਸ਼ਠਰ, ਭੀਮ, ਅਰਜਨ, ਨਕੁਲ ਅਤੇ ਸਹਿਦੇਵ, ਅਤੇ ਉਹਨਾਂ ਦੀ ਪਤਨੀ ਸੀ ਦਰੋਪਦੀ। ਕਹਿਣ ਲੱਗੇ ਭਗਵਾਨ ਅਸੀਂ ਬੜਾ ਖਰਚਾ ਕਰਕੇ ਜਾਕਰ ਆਇਆ, ਸੰਖ ਨਹੀਂ ਵੱਜਿਆ, ਇੰਨਾ ਪ੍ਰੋਗਰਾਮ ਕਰੀਏ ਉਹ ਪੂਰਾ ਨਾ ਹੋਵੇ, ਵਿਘਨ ਪੈ ਗਿਆ ਕੋਈ। ਕਹਿੰਦੇ ਹਾਂ ਪੈ ਗਿਆ। ਕਹਿੰਦੇ ਕੀ ਵਿਘਨ ਪਿਆ? ਕਹਿੰਦੇ ਬਾਲਮੀਕ ਜੀ ਨਹੀਂ ਆਏ, ਸਾਰੇ ਰਿਸ਼ੀ ਬੁਲਾਏ ਨੇ, ਉਹਨਾਂ ਨੂੰ ਬੁਲਾਇਆ ਨਹੀਂ। ਕਹਿੰਦੇ ਉਹ ਤਾਂ ਸਾਨੂੰ ਖਿਆਲ ਹੀ ਨਹੀਂ ਰਿਹਾ, ਇਹ ਸੋਚਿਆ ਵੀ ਨੀਵੀਂ ਜਾਤ ਦੇ ਬਾਲਮੀਕ ਜੀ ਜਿਹੜੇ ਸਨ ਉਹ ਨੀਵੀਂ ਜਾਤ ਦੇ ਸਨ, ਲੋਕਾਂ ਦੇ ਖਿਆਲਾਂ ਵਿੱਚ ਉਹ ਇਸ ਮਾਹੌਲ ਦੇ ਵਿੱਚ ਰਹਿ ਗਏ ਵੀ ਅਸੀਂ ਤਾਂ ਵੱਡੇ ਵੱਡੇ ਰਿਸ਼ੀ ਬੁਲਾਏ ਆ, ਉਹਨੂੰ ਕੀ ਬੁਲਾਉਣਾ, ਉਹਦੀ ਕੀ ਲੋੜ ਹੈ, ਉਹਨੂੰ ਰਹਿਣ ਦਿਓ। ਕਹਿੰਦੇ ਜਦੋਂ ਉਹ ਨਹੀਂ ਆਏ ਤਾਂ ਸੰਖ ਨਹੀਂ ਵੱਜਿਆ, ਜੱਗ ਪੂਰਾ ਨਹੀਂ ਹੋਇਆ। ਕਹਿੰਦੇ ਫਿਰ ਹੁਣ ਕੀ ਕਰੀਏ? ਕਹਿੰਦੇ ਉਹਨਾਂ ਨੂੰ ਬੁਲਾ ਕੇ ਲਿਆਓ। ਇਹ ਰਾਜਾ ਦੀ ਮਰਿਆਦਾ ਹੁੰਦੀ ਹੈ, ਕੋਈ ਕੰਮ ਕਰਾਉਣਾ ਹੁੰਦਾ ਨਾ ਪਹਿਲਾਂ ਛੋਟੇ ਬੰਦੇ ਕੋਲੋਂ ਕਰਾਉਂਦੇ ਆ, ਕਿਉਂਕਿ ਜੇ ਪਹਿਲਾਂ ਹੀ ਵੱਡਾ ਚਲਾ ਜਾਏ ਫਿਰ ਕੋਈ ਆਪਸ਼ਨ ਨਹੀਂ ਰਹਿੰਦੀ। ਪਹਿਲਾਂ ਸਭ ਤੋਂ ਛੋਟੇ ਭਰਾ ਨੂੰ ਭੇਜਿਆ ਸਹਿਦੇਵ, ਵੀ ਤੂੰ ਜਾ ਕੇ ਮਹਾਂਪੁਰਸ਼ਾਂ ਨੂੰ ਬੇਨਤੀ ਕਰ ਕਿ ਕਿਰਪਾ ਕਰਕੇ ਸਾਡੇ ਜੱਗ ਵਿੱਚ ਆ ਕੇ ਚਰਨ ਪਾ ਦੇ। ਉਹ ਗਿਆ, ਜਾ ਕੇ ਮੱਥਾ ਟੇਕਿਆ ਰਿਸ਼ੀ ਦੇ ਆਸ਼ਰਮ, ਜਿੱਥੇ ਇਹ ਸੁਣਿਆ ਵੀ ਜਿੱਥੇ ਅੱਜ ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਨਾ, ਹਰਿਮੰਦਰ ਸਾਹਿਬ, ਇਹਦੇ ਤੋਂ 6 ਕਿਲੋਮੀਟਰ 7 ਕਿਲੋਮੀਟਰ 'ਤੇ ਉਹ ਜਗ੍ਹਾ ਹੈ, ਉਹਨੂੰ ਅੱਜ ਕੱਲ੍ਹ ਰਾਮ ਤੀਰਥ ਵੀ ਕਹਿੰਦੇ ਆ, ਬਾਲਮੀਕ ਤੀਰਥ ਵੀ ਕਹਿੰਦੇ, ਬੜਾ ਵੱਡਾ ਸਰੋਵਰ ਆ, ਬੜਾ ਪੁਰਾਣਾ ਤੀਰਥ ਹੈ। ਕਦੀ ਤੁਸੀਂ ਅੰਮ੍ਰਿਤਸਰ ਜਾਓ ਅਤੇ ਉੱਥੋਂ ਪੁੱਛ ਲਓ ਰਾਮ ਤੀਰਥ ਜਾਣਾ, ਮੇਰਾ ਖਿਆਲ 15-20 ਮਿੰਟ ਹੀ ਲੱਗਦੇ ਆ। ਉਹ ਰਾਮ ਤੀਰਥ ਦੇ ਉੱਤੇ ਰਹਿੰਦੇ ਸੀ, ਉਹ ਜਦੋਂ ਗਏ ਉੱਥੇ ਜਾ ਕੇ ਬੇਨਤੀ ਕੀਤੀ ਮਹਾਂਪੁਰਸ਼ੋ ਵੀ ਅਸੀਂ ਜੱਗ ਕਰਾ ਰਹੇ ਹਾਂ ਅਤੇ ਮਾਫ਼ੀ ਚਾਹੁੰਦੇ ਹਾਂ ਵੀ ਤੁਹਾਨੂੰ ਬੁਲਾਇਆ ਨਹੀਂ ਅਤੇ ਹੁਣ ਅਸੀਂ ਤੁਹਾਨੂੰ ਲੈਣ ਆਏ ਹਾਂ, ਕਿਰਪਾ ਕਰਕੇ ਸਾਡੇ ਜੱਗ ਦੀ ਸੰਪੂਰਨਤਾ ਦੇ ਵਿੱਚ ਚਰਨ ਪਾਓ। ਵਾਹਿਗੁਰੂ। ਉਹ ਕਹਿੰਦੇ ਮੈਂ ਚਾਹਾਂਗਾ ਤੁਹਾਡੇ ਜੱਗ ਵਿੱਚ ਚੱਲਾਂਗਾ, ਪਰ ਮੇਰੀ ਜਿਹੜੀ ਦਕਸ਼ਣਾ ਹੈ ਪਹਿਲਾਂ ਉਹ ਦਿਓ। ਜਦੋਂ ਕੋਈ ਸਾਧੂ ਸੰਤ ਆਉਂਦਾ ਨਾ ਉਹਨੂੰ ਪ੍ਰਸ਼ਾਦਾ ਵੀ ਛਕਾਈਦਾ ਅਤੇ ਉਹਦੀ ਕੋਈ ਨਾ ਕੋਈ ਦਾਨ ਦਕਸ਼ਣਾ ਭਾਵੇਂ 1 ਰੁਪਈਆ ਹੀ ਦਿਓ ਦੇਣਾ ਪੈਂਦਾ, ਇਹ ਸਤਿਕਾਰ ਹੁੰਦਾ। ਉਹ ਕਹਿੰਦੇ ਵੀ ਦਾਨ ਦਕਸ਼ਣਾ ਜਿਹੜੀ ਹੈ ਨਾ ਮੈਂ ਜਿਹੜੀ ਲਵਾਂਗਾ ਪਹਿਲਾਂ ਉਹ ਦਿਓਗੇ ਅਤੇ ਫਿਰ ਮੈਂ ਤੁਹਾਡੇ ਜੱਗ 'ਤੇ ਚੱਲਾਂਗਾ। ਉਹ ਕਹਿੰਦੇ ਦਾਨ ਦਕਸ਼ਣਾ ਕਿਹੜੀ ਹੈ, ਕੀ ਚਾਹੀਦਾ ਦੱਸੋ। ਕਹਿੰਦੇ ਵੀ ਮੈਂ 101 ਅਸ਼ਵਮੇਧ ਜੱਗ ਦਾ ਫਲ ਲਵਾਂਗਾ, 101 ਜੱਗ ਦਾ ਫਲ ਲਵਾਂਗਾ। ਉਹ ਕਹਿੰਦਾ ਅਸੀਂ ਤਾਂ ਕਿਰਾਏ 1 ਰਹੇ ਹਾਂ ਅਤੇ ਉਹ ਵੀ ਸਾਡਾ ਪੂਰਾ ਨਹੀਂ ਹੋਇਆ, 101 ਦਾ ਕਿੱਥੋਂ ਦੇ ਦਈਏ, ਜਿਹੜੀ ਚੀਜ਼ ਬੰਦੇ ਦੀ ਜੇਬ 'ਚ ਉਹ ਹੀ ਦਏਗਾ ਨਾ, ਵੀ ਜਿਹੜੀ ਚੀਜ਼ ਹੈ ਹੀ ਨਹੀਂ ਕੋਲ ਉਹ ਕਿੱਥੋਂ ਦਾਨ ਕਰ ਦਈਏ। ਉਹ ਕਹਿੰਦੇ ਬਈ ਠੀਕ ਹੈ ਫਿਰ
नहीं तो मैं नहीं जा सकता, मैं नहीं जा सकता। सहदेव वापस आ गया, बड़ी चिंता हुई, दोबारा दूजे भरा नकुल नूं भेजिया, उन्हें भी जाके मिन्नत तरले कीते, महापुरशो कृपा कर दिओ साडे जग में चलो। वो कहते चलांगे, पहला तुसीं बुलाया नहीं, हुण चलो आ गए हो, पर मैं भेटा जिहड़ी है ना वह 101 जग दी लैणी है। वो कहते जी असीं कर एक रहे हां, साडे कोल वह भी पूरा नहीं होया, तुहानूं किवें उहदा फल दे देईए। वाहिगुरू वाहिगुरू। वह भी वापस फिर भीम गया, भीम ने भी मिन्नत तरले कीते, महापुरशो चलो, कहिंदा ना चलांगा पर 101 जग दा फल लवांगा। फिर अर्जुन गया, फिर महाराजा युधिष्ठिर भी गया, गल बनी नहीं, आखो श्री वाहिगुरू वाहिगुरू। ऋषि ब्राह्मणी अड़ी दे अड़ गया, कहिंदा भेटा लवांगा 101 जग फल, फिर जावांगा। महाराजा युधिष्ठिर भी जदों वापस आ गया, हुण तां आस उम्मीदां दी सारी गल मुक गई, राजे तों बाद तां कोई हुण कोई ऑप्शन नहीं रह गई। इन्हां दी घरवाली द्रौपदी जिहड़ी सी ना, उह हथ जोड़ के कहण लगी, भगवान कृष्ण जी नूं भरा बनाया होया सी, उह भैण बनी सी उन्हां दी, कहण लगी भराता जी, भगवान जी जे मैनू हुक्म होवे मैं जाके बेनती करा। सात संगत जी, भाई गुरदास दी वारां विच भगतां दी वार आउंदी 10वीं वार, उहदे जिहड़े महापुरश होए ने ध्रुव प्रहलाद नारद वर्गे बेणी वर्गे कबीर वर्गे पुराने जमाने दे भगत, उहनां सारिआं दे प्रसंग आउंदे, उह च द्रौपदी दा वी आउंदा। अंदर सभा दुशासने मथे वाल द्रौपदी आंदी, दूता नो फुरमाया नंगी करो पंचाली बांदी, पंजे पांडव देखते औकट रुद्धी नार जिन्हां दी, वो भगतां च गिणी गई है। ये जरूरी नहीं कि बंदा ही भगत हो सकता, इस्त्री भी भगत हो सकती है, पर भगती का पाठ पढ़ना बड़ा औखा। खुशरी वाहेगुरु 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 भगत भगत सुनिया ते ओ लोए, कहन कहाण नूं आपां सारे भगत बन जांदे आ, पर भगती दा मार्ग औखा है खालसा जी, कठिन है। कहन लगी मैं जावांगी, ओ कहंदे कृष्ण कहंदे चंगा द्रौपदी तू जा, तू कामयाब हो जाएगी। आखो श्री वाहेगुरू वाहेगुरू वाहेगुरू। जिहड़ा काम कोई नहीं कर सकदा ओ भगत कर सकदा, पर होवे भगत शर्त यह होवे भगत, पखंडी ना होवे, सच्ची मुची भगत ही होवे। ओ भगत महाराज बाणी च लिखा, पंडित गुणी छत्रपत राजा, भगत बराबर और ना कोई। तुर पई नंगे पैरी गई चल के, मत्था टेकिया चरणा विच महापुरशां दे, गल पल्ला पा लिया, महाराज मेरे तो पहला मेरे पति देव तुहाडे कोल आए सी, उन्हां ने सानू बेनती कीती सी, मैं भी ओही बेनती करन आई हाँ। असीं जग आ रहे हाँ, उस जग की संपूर्णता तुहाडे चरण पैर नाल होनी, तुहानू जाना पैणा, तुसीं कृपा करो साडे घर चरण पाओ, जग पूरा हो जाए। कहन लगे बेटी तेरे पति आए सी, मैं उन्होंने भी गल दसी सी, तेनू भी दस देना, मैं चलांगा, मैनू कोई इतराज नहीं, पर मैं 101 जग फल लैके फिर जावांगा। वो कहन लगी महाराज तुहाडी शर्त मंजूर। आखो श्री वाहेगुरु श्री वाहेगुरु वाहेगुरु। तुहाडा वचन सिर मत्थे ते, बेनती यह है भी मैं सुनिया भी साधु के चरणा च जे कोई बंदा एक कदम चल के जावे ओनू लखां जगां दा फल मिलदा। वाह एक क्या कदम दा क्या बात। चरण चलो मार्ग गोबिंद, मिटा है पाप जपिया जपिया हर बिंद,
ਤੇ ਮੈਂ ਮਹਾਰਾਜ ਤੁਹਾਡੇ ਚਰਨਾਂ ਦੇ ਲੱਖਾਂ ਕਦਮ ਚੱਲ ਕੇ ਆਈ। ਵਾਹ, ਮੈਂ ਤੁਹਾਡੇ ਕੋਲੋਂ ਲੱਖਾਂ ਜੱਗਾਂ ਦਾ ਫਲ ਲੈਣਾ। ਵਾਹਿਗੁਰੂ ਵਾਹਿਗੁਰੂ, ਉਹ ਮੇਰਾ ਮੇਰਾ ਹਿੱਸਾ ਨਾ ਮੈਂ ਲੈਣਾ, ਕਿਉਂਕਿ ਮੈਂ ਚੱਲ ਕੇ ਆਈ ਹਾਂ। ਉਹਦੇ ਵਿੱਚੋਂ 101 ਰੱਖ ਲਓ, ਵਾਹਿਗੁਰੂ, ਉਹ ਆਪਣਾ ਤੁਸੀਂ ਕੱਟ ਲਓ, ਬਾਕੀ ਮੇਰੀ ਝੋਲੀ 'ਚ ਪਾਓ, ਕਿਰਪਾ ਕਰੋ ਤੇ ਸਾਡੇ ਘਰ ਆਓ, ਜੱਗ ਪੂਰਾ ਹੋ ਜਾਵੇ। ਸ੍ਰੀ ਵਾਹਿਗੁਰੂ ਵਾਹਿਗੁਰੂ। ਕਹਿੰਦੇ ਬਾਲਮੀਕ ਜੀ ਆ ਗਏ, ਚਰਨ ਪਾਏ, ਜੱਗ ਹੋਇਆ, ਸੰਪੂਰਨ ਹੋਇਆ। ਜਿਵੇਂ ਵੀ ਉਹ ਤਾਂ ਲੰਮੀ ਕਥਾ, ਆਪਾਂ ਬਹੁਤੇ ਵਿਸਥਾਰ 'ਚ ਨਾ ਜਾਈਏ, ਪਰ ਮਹਾਰਾਜ ਨੇ ਕਲਯੁਗ ਵਿੱਚ ਵੇਖਿਆ, ਗੁਰੂ ਨਾਨਕ ਦੇਵ ਜੀ ਨੇ, ਇਹ ਕਲਯੁਗ ਦੇ ਲੋਕਾਂ ਕੋਲ ਤਾਂ ਜਪਜੀ ਸਾਹਿਬ ਦਾ ਪੜ੍ਹਨ ਦਾ ਟਾਈਮ ਕੋਈ ਨਹੀਂ। ਇਹਦਾ ਵਿਚਾਰ ਇੱਕ ਬੰਦੇ ਨੂੰ ਰੋਟੀ ਨਹੀਂ ਖਵਾ ਸਕਦੇ, ਇੱਥੇ ਲੱਖਾਂ ਲੋਕਾਂ ਨੂੰ ਕੌਣ ਰੋਟੀ ਖਵਾਏਗਾ? ਐਡੇ ਐਡੇ ਘਿਓ ਦੇ ਪਤਨਾਲੇ ਲਾ ਕੇ ਕੌਣ ਜੱਗ ਕਰੇਗਾ? ਮੁਸ਼ਕਲ ਹੈ। ਮਹਾਰਾਜ ਨੇ ਸੌਖਾ ਜਿਹਾ ਕੰਮ ਕਰਤਾ, ਕਹਿਣ ਲੱਗੇ ਗੁਰਬਾਣੀ ਦੀ ਇੱਕ ਤੁੱਕ ਵੀ ਪੜ੍ਹ ਲਓ, ਤੁਹਾਡਾ ਬੇੜਾ ਪਾਰ ਹੋ ਜਾਏਗਾ। ਕਈ ਕੋਟਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਸੁਣ ਲਓ, ਇੱਕ ਪੰਕਤੀ ਗਾ ਲਓ, ਸਾਧ ਸੰਗਤ ਜੀ ਭਾਵ ਸਾਗਰ ਤੋਂ ਤਰ ਜਾਵਾਂ। ਖੁਸ਼ੀਆਂ ਦੇ ਜਕਾਰੇ ਗਾਵੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮਨ ਨੂੰ ਭਾਵੇ। ਮਹਾਰਾਜ ਨੇ ਕਿਰਪਾ ਕੀਤੀ ਹੈ, ਇਹ ਐਕਸਪੀਰੀਅੰਸ ਸਿੱਖੀ ਨੌਜਵਾਨਾਂ ਨੇ, ਸਾਡੇ ਅਜੀਜ਼ ਭਾਈ ਕੁਲਵਿੰਦਰ ਸਿੰਘ, ਗੁਰਜੀਵਨ ਸਿੰਘ, ਬਾਕੀ ਆ ਫੌਜਾਂ ਬੈਠੀਆਂ ਨੇ ਸਾਰੀਆਂ, ਸਾਰਿਆਂ ਨੇ ਕਮਰ ਕਸਾ ਕੀਤਾ ਭਾਈ ਗੁਰਜੋਤ ਸਿੰਘ ਜੀ ਅਤੇ ਇਹ ਪ੍ਰਚਾਰ ਦਾ, ਕਿਉਂਕਿ ਜਿਹੜੇ ਮੁਲਕਾਂ 'ਚ ਆਪਾਂ ਬੈਠੇ ਹਾਂ